ਫਿਰ ਹੋਰ ਬਾਕਸ ਲੈ ਜਾਵਾਂਗੇ ਇਹਦੇ ਮਸਜਿਦ ਵਿੱਚ ਨਾ, ਇਹ ਵਾਲੇ ਬਾਕਸ ਦੇ ਆਉਂਦੇ ਨੇ ਬੋਰੀ, ਤੇ ਇੱਦਾਂ ਹੀ ਸਾਰਿਆਂ ਬਾਕਸਾਂ 'ਚ ਨਾ ਫਰੂਟ ਭਰਿਆ ਪਿਆ ਗਾ, ਹਾਲੀ ਪੈਕਿੰਗ ਹੋਣੀ ਹੈਗੀ ਫਰੂਟ ਦੀ ਵੀ, ਤੇ ਬਾਕੀ ਚਾਵਲਾਂ ਦੀ ਪੈਕਿੰਗ ਇਹ ਬੜੀ ਤੇਜ਼ੀ ਨਾਲ ਸੀ ਕੱਲ ਜੋ ਜਿਹੜੇ ਨਾਲ ਲਿਜਾਵਣ ਲੱਗੇ ਨੇਗੇ ਉੱਥੇ ਮਸਜਿਦ 'ਚ ਚਾਵਲ। ਬਾਕੀ ਇਹ ਫਰੂਟ ਵਾਲੇ ਬਾਕਸ ਨੇਗੇ, ਇਸ ਡੱਬੇ ਦੇ ਪੈਕ ਕਰਕੇ ਲੈ ਚੱਲਣਾ ਮੈਂ ਹੀ ਮਸਜਿਦ ਦੇ ਚੱਬੂ ਹੋਇਆ। ਬਾਕੀ ਚਾਵਲ ਜਿਹੜੇ ਮਹੱਲੇ ਵਾਲਿਆਂ ਨੂੰ ਤਕਸੀਮ ਕਰ ਦਿੰਦੇ ਆ, ਬਾਕਸ ਜਿਹੜੇ ਨੇ ਨਾ ਫਰੂਟ ਵਾਲੇ ਮੈਂ ਲੈ ਕੇ ਚੱਲਣਾ ਹੈਗਾ ਮਸਜਿਦ। ਬਾਕੀ ਇਸ ਮਸਜਿਦ ਦੇ ਇਫਤਾਰੀ ਦੇ ਦਿੱਤਾ ਫਰੂਟ, ਅਤੇ ਹੁਣ ਦੂਸਰੀਆਂ ਮਸਜਿਦਾਂ ਚੱਲਣੇ ਅੱਗੇ। ਇਹ ਵਾਲੇ ਬਾਕਸ ਬੱਚੇ ਨੇ ਗਾਰੀ ਕੁਛ, ਆਹ ਫਰੂਟ ਵੀ ਆ ਗਏ ਜੀ ਇਫਤਾਰੀ ਦੇ। ਹੈਲੋ, ਲਓ ਜੀ ਆ ਚੱਕ ਲਿਆ ਜੀ ਆਪਣੇ ਮਾਨੀ ਮਾਨੀ। ਬਾਕੀ ਸਾਰਿਆਂ ਨੇ ਆਪਣੇ ਆਪਣੇ ਹਿੱਸੇ ਦੇ ਵੰਡ ਲੈਣ ਡੱਬੇ। ਕੁਛ ਰੇਹੜੀਆਂ ਤੇ ਜਾ ਰਹੀਆਂ ਸੀ ਆਂਟੀਆਂ, ਉਹਨਾਂ ਨੂੰ ਡੱਬੇ ਦਿੱਤੇ, ਮੈਂ ਕਿਹਾ ਖਾਓ ਚਾਵਲ ਤੁਸੀਂ ਇਫਤਾਰੀ ਕਰੋ। ਘਰ ਤੇ ਉੱਥੇ ਘਰ ਤੇ ਇਹ ਕੁਛ ਘਰ ਪਏ ਸੀਗੇ ਚਾਵਲਾਂ ਡੱਬੇ, ਵੀ ਇਹਨਾਂ ਰੱਖ ਲੈਂਦੇ ਆ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਹੈ ਸਾਰੇ ਦੇਖਣ ਵਾਲੇ ਤਮਾਮ ਭੈਣ ਭਾਈਆਂ ਦੇ? ਅਸੀਂ ਉਮੀਦ ਕਰਨੇ ਸਾਰੇ ਦੇਖਣ ਵਾਲੇ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਤਾਂ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਤੇ ਜਿਸ ਤਰ੍ਹਾਂ ਤੁਸੀਂ ਪਹਿਲੇ ਵਾਲੇ ਵਲਾਗ ਦੇਖਿਆ ਹੋਣਾ ਕਿ ਮਾਸ਼ਾਅੱਲਾ ਅੱਜ ਅਸੀਂ ਦੇਗਾਂ ਵਗੈਰਾ ਕਰਵਾ ਰਹੇ ਸੀ, ਅੱਜ ਇਫਤਾਰੀ ਕਰਵਾਉਣੀ ਹੈਗੀ, ਤੇ ਸਾਰੇ ਜਿਹੜੇ ਮਹਿਮਾਨ ਵਗੈਰਾ ਵੀ ਆ ਗਏ ਹੋਏ ਨੇਗੇ, ਤੇ ਅੰਕਲ ਹੋਰ ਜਿਹੜਾ ਬਿਰਿਆਨੀ ਦੇਗ ਬਣਾ ਰਹੇ ਨੇਗੇ, ਬਾਕੀ ਮਿੱਠੇ ਚੌਲਾਂ ਦੀ ਦੇਗ ਜਿਹੜੀ ਨਾ ਪਹਿਲੇ ਹੀ ਤਿਆਰ ਪਈ ਹੈਗੀ, ਇਹ ਵੀ ਬਸ ਤਿਆਰ ਹੋ ਹੀ ਗਈ ਆ, ਸਮਝ ਲਓ ਪਾਣੀ ਵਗੈਰਾ ਪਾਤਾ ਹੈ ਚੌਲਾਂ 'ਚ। ਬੜੇ ਮਾਸ਼ਾਅੱਲਾ ਪਿਆਰੇ ਚਾਵਲ ਬਣਾਉਂਦੇ ਹੁੰਦੇ ਅੰਕਲ, ਵਿੱਚ ਆਪਣੀ ਸ਼ੌਪ ਦੇ ਜਿਹੜੇ ਚਾਵਲ ਅੱਛੇ ਵਾਲੇ ਮੈਂ ਲਾਇਆ ਸੀਗਾ ਉਹੀ ਪਾਏ ਨੇ ਦੇਗਾਂ 'ਚ, ਲੇਕਿਨ ਜਦੋਂ ਤਿਆਰ ਹੋ ਜਾਵੇਗਾ ਨਾ ਤੁਹਾਨੂੰ ਮੈਂ ਚੈੱਕ ਕਰਾਵਾਂਗਾ। ਅਸੀਂ ਆਪ ਮੰਨੋਗੇ ਹੀ ਨਹੀਂ ਕਿ ਤੁਸੀਂ ਜਿਹੜੇ ਚਾਵਲ ਲਾਇਆ ਸੀ ਉਹ ਵਾਲੇ ਨੇਗੇ। ਬਾਕੀ ਦਾਦੀ ਜਾਨ ਅਤੇ ਸਾਰੀ ਫੈਮਲੀ ਇੰਨਾ ਇੱਥੇ ਬੈਠ ਕੇ ਗੱਲਾਂ ਬਾਤਾਂ ਲੱਗੇ ਹੋਏ ਨੇਗੇ, ਅਤੇ ਅੱਬੂ ਜਾਨ ਜਿਹੜੇ ਅੰਦਰ ਫਰੂਟ ਦੀ ਪੈਕਿੰਗ ਕਰ ਰਹੇ ਨੇ, ਜੇ ਬਾਕਸ ਲਾਇਆ ਸੀ ਉਹਨਾਂ ਦੇ ਅੰਦਰ ਪਹਿਲੇ ਖਰਬੂਜ਼ੇ ਦੇ ਛੋਟੇ ਛੋਟੇ ਪੀਸਿਸ ਕਰਕੇ ਨਾ, ਅਤੇ ਫਿਰ ਇਹਨਾਂ ਨੂੰ ਅਲੱਗ ਅਲੱਗ ਜੇ ਬਾਕਸ ਨੇਗੇ, ਇਹਨਾਂ 'ਚ ਰੋਜ਼ੇਦਾਰਾਂ ਲਈ ਨਾ ਪੈਕ ਕਰ ਲਵਾਂਗੇ, ਅਤੇ ਜਿਹੜੇ ਸਾਡੇ ਕੋਲ ਇੱਥੇ ਮਸਜਿਦਾਂ ਨੇਗੀਆਂ ਸਾਰੀਆਂ ਦੇ ਵਿੱਚ ਜਿਹੜੇ ਰੋਜ਼ੇਦਾਰ ਹੋਣਗੇ ਉਹਨਾਂ ਨੂੰ ਚੱਲ ਕੇ ਨਾਲ ਬਿਰਿਆਨੀ ਹੋਵੇਗੀ, ਮਿੱਠੇ ਚੌਲ ਹੋਣਗੇ, ਅਤੇ ਨਾਲ ਹੀ ਇਹਨਾਂ ਫਰੂਟ ਜਿਹਾ ਤਕਸੀਮ ਕਰ ਆਵਾਂਗੇ ਐਵੇਂ ਬਾਕਸਾਂ ਦੇ ਪਾ ਕੇ। ਅਤੇ ਇਹਨਾਂ ਸਾਰਿਆਂ ਦੀ ਪੈਕਿੰਗ ਕੁਛ ਇਸ ਤਰ੍ਹਾਂ ਹੋਣੀ ਹੈਗੀ, ਇੱਥੋਂ ਇੱਕ ਬਾਕਸ ਲੈਣਾ ਹੈਗਾ ਅਸੀਂ, ਅਤੇ ਇਹਦੇ 'ਚ ਨਾ ਅੱਧਾ ਪੀਸ ਬਣਾਉਣੇ ਦਾ, ਜਿਵੇਂ ਕਿ ਇੱਕ ਬਣਾਉਣਾ ਕਰ ਲਓ, ਦੋ ਪੀਸ ਐਪਲ ਦੇ ਆ ਗਏ, ਨਾਲ ਸਟ੍ਰੋਬਰੀ, ਪੰਜ ਛੇ ਖਜੂਰਾਂ ਆ ਗਈਆਂ, ਖਰਬੂਜ਼ੇ ਦੇ ਦੋ ਪੀਸ ਜਾਂ ਇੱਕ ਪੀਸ, ਜੀ ਜੀ ਇੱਕ ਬਾਕਸ ਵੀ ਛੋਟਾ, ਇਹਦੇ ਸਪੇਸ ਹੀ ਇਤਨੀ ਅੱਬੂ ਜਾਨ ਰਹਿਣੀ ਹੈਗੀ, ਜੀ ਜੀ ਰੋਜ਼ੇਦਾਰਾਂ ਲਈ ਨਾ ਇਹ ਇਫਤਾਰੀ ਤਿਆਰ ਕਰਾਂ ਜੀ, ਇਸ ਤਰ੍ਹਾਂ ਦੇ ਬਾਕਸ। ਬਾਕੀ ਜਿਤਨੀ ਕੁ ਇਹ ਕਟਾਈ ਵਗੈਰਾ ਕਰਕੇ ਬਣ ਜਾਣਾ ਨਾ ਫਰੂਟ, ਇਹ ਤਕਰੀਬਨ ਮੈਂ ਕਹਿੰਦਾ 100 ਜਿਹੜੇ ਇਹਨਾਂ ਡੱਬੇ ਉਹਨਾਂ 'ਚ ਇਹ ਹੀ ਆ ਜਾਣਾ, ਕਾਫੀ ਸਾਰੇ ਡੱਬੇ ਬਣ ਜਾਣੇ ਨੇਗੇ। ਦੇਖੋ ਜਾਨ ਨੂੰ ਕਟਾਈ ਬਹੁਤ ਪਿਆਰੀ ਕਰਨੀ ਆਉਂਦੀ ਹੈ, ਇਹ ਲੱਗਦਾ ਸੀ ਸਾਬਤ ਹੀ ਐਪਲ ਉਹਦੇ ਟੁਕੜੇ ਟੁਕੜੇ ਹੋ ਗਏ ਦੇਖੋ, ਅਤੇ ਮੈਂ ਵੀ ਜੇ ਨਾਲ ਨੂੰ ਕੋਈ ਫਰੈਸ਼ ਹੋ ਜਾਂਦਾ, ਕੋਈ ਆਪਣੀਆਂ ਹੁਲੀਆਂ ਜਿਹੜਾ ਸੈੱਟ ਕਰ ਲੈਂਦਾ ਹਾਂਗੇ, ਕਿਉਂਕਿ ਮਾਸ਼ਾਅੱਲਾ ਹੁਣ ਅੰਕਲ ਹੋਰ ਜਿਹੜੇ ਉਹਨਾਂ ਨੂੰ ਉਹਦੇ ਮੈਂ ਕੰਮ ਵਗੈਰਾ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਬਸ ਹੁਣ ਇਹਨੂੰ ਦਮ ਹੀ ਦੇਣਾ ਹੈਗਾ ਨਾ ਲਾ ਕੇ ਥੱਲੇ। ਓਕੇ ਹੋ ਗਿਆ, ਅਤੇ ਠੀਕ ਹੈ ਜੀ, ਹੁਣ ਫਿਰ ਨਾਉਣ ਤੋਂ ਬਾਅਦ ਫਿਰ ਮੁਲਾਕਾਤ ਹੋਊਗੀ। ਨਹਾ ਕੇ ਜੀ ਮੈਂ ਆ ਗਿਆ ਬਾਕੀ ਚਾਚੂ ਜਾਨ ਜਿਹੜੇ ਨੇਗੇ ਉਹ ਵੀ ਨਾਲ ਸਾਡੀ ਹੈਲਪ ਕਰਾ ਰਹੇ ਨੇਗੇ, ਸਰਦੇ ਜੀ ਦੇਖ ਤਿਆਰ ਹੋ ਗਈ ਇਹਦੀ ਪੜਾਈ ਕਰਦੇ ਜਾ ਰਹੇ, ਜੀ ਜੀ ਜੀ, ਅਤੇ ਅੱਬੂ ਜਾਨ ਉਹਦੇ ਅੰਦਰ ਲੱਗੇ ਹੋਏ ਨੇਗੇ ਉਹ ਫਰੂਟ ਦੀ ਜਿਹੜਾ ਪੜਾਈ ਕਰ, ਅਤੇ ਇੱਦਾਂ ਹੀ ਸਾਰਿਆਂ ਬਾਕਸਾਂ 'ਚ ਨਾ ਫਰੂਟ ਭਰਿਆ ਪਿਆ ਗਾ, ਹਾਲੀ ਪੈਕਿੰਗ ਹੋਣੀ ਹੈਗੀ ਫਰੂਟ ਦੀ ਵੀ, ਅਤੇ ਉਹਦੇ ਨਾਲ ਕੋਲ ਚਾਵਲਾਂ ਦੀ ਪੈਕਿੰਗ ਕਰ ਰਹੇ ਚਾਚੂ ਜਾਨ ਉਹਨਾਂ ਨਾਲ, ਮੈਂ ਹੈਲਪ ਕਰਾਉਂਦਾ ਅੰਮੀ ਜਾਨ ਜਿਹੜੀਆਂ ਕੋਈ ਹੈਲਪ ਕਰਾ ਰਹੀ ਜ਼ਰਦੇ ਦੀ, ਪਹਿਲੇ ਇਹਨਾਂ 'ਚ ਪੈਕਿੰਗ ਕਰ ਰਿਹਾ, ਉਸ ਤੋਂ ਬਾਅਦ ਜਿਹਨਾਂ ਪੁਲਾਓ ਦੀ ਜੇ ਦੇਖ ਤਿਆਰ ਹੋ ਜਾਂਦੀ ਉਹਨੇ ਜਿਵੇਂ ਪੈਕਿੰਗ ਕਰ ਲਵਾਂਗੇ, ਖਾਲਾ ਜਾਨ ਹੋਰ ਵੀ ਆ ਗਿਆ ਮਾਸ਼ਾਅੱਲਾ। ਬਾਕੀ ਚਾਵਲਾਂ ਦੀ ਪੈਕਿੰਗ ਜੇ ਬੜੀ ਤੇਜ਼ੀ ਨਾਲ ਅਸੀਂ ਕਰ ਰਹੇ ਹਾਂਗੇ, ਕਿਉਂਕਿ ਤਕਰੀਬਨ 100 ਜਿਹੜੇ ਨਾ ਡੱਬੇ ਪੈਕ ਕਰਨੇ ਨੇਗੇ ਮਸਜਿਦਾਂ ਲਈ ਸਿਰਫ, ਅਤੇ ਬਾਕੀ ਰੋਜ਼ੇਦਾਰਾਂ ਨੂੰ ਫਿਰ ਨਾ ਬਾਹਰ ਹੀ ਰੋਜ਼ਾ ਇਫਤਾਰ ਕਰਵਾ ਦੇਵਾਂਗੇ।
ਉੱਥੇ ਬਾਹਰ ਕਲੀਨ ਵਿਛਾੜ ਕੇ ਬਾਕੀ ਬੋਕਸ ਪੈਕ ਕਰਕੇ ਨਾ ਅਤੇ ਛਾਪਰਾਂ ਪਾਈ ਜਾ ਰਿਹਾ ਸਾਰੀਆਂ ਮਸਜਿਦਾਂ 'ਚ ਇੱਕ ਇੱਕ ਜਿਹੜਾ ਨਾ ਛਾਪਰ ਇਸ ਤਰ੍ਹਾਂ ਭਰ ਕੇ ਦੇ ਆਵਾਂਗੇ ਅਤੇ ਆਪਣੀ ਜੀ ਬਿਰਿਆਨੀ ਵੀ ਤਿਆਰ ਹੋ ਗਈ ਮਾਸ਼ਾਅੱਲਾ ਲਿਆਓ ਚਾਚੂ ਜੀ ਇਹਨੂੰ ਇੰਝ ਪੈਕ ਕਰੀਏ ਤਕਰੀਬਨ 18 ਮਿੰਟ ਪਏ ਨੇ ਸਾਡੇ ਕੋਲ ਬਾਕੀ ਇਹ ਹਲੇ ਮਿੱਠੇ ਚੌਲ ਪਏ ਨੇਗੇ ਇੱਥੇ ਮਹੱਲੇਦਾਰਾਂ ਨੂੰ ਜਿਹੜਾ ਨਾ ਤਕਸੀਮ ਕਰ ਦਿੰਦੇ ਹਾਂ ਜੋ ਬਾਕੀ ਇੱਥੇ ਕਰਦੇ ਅੱਗੇ ਨਾ ਅਫਤਾਰੀ ਦਾ ਇੰਤਜ਼ਾਮ ਕਰਤਾ ਹੈਗਾ ਜਿਹੜੇ ਇੱਥੇ ਆ ਕੇ ਰੋਜ਼ੇਦਾਰ ਬੈਠ ਗਏ ਉਹਨਾਂ ਨੇ ਇੱਥੇ ਅਫਤਾਰੀ ਕਰਾ ਦੇਵਾਂਗੇ ਅਤੇ ਅੱਬੂ ਅਤੇ ਅੰਕਲ ਜਵਾਈ ਜਿਹੜੇ ਨਾਲ ਲਿਜਾਵਣ ਲੱਗੇ ਨੇਗੇ ਉੱਥੇ ਮਸਜਿਦ 'ਚ ਚਾਵਲ ਬਾਕੀ ਇਹ ਹਲੇ ਸ਼ਾਪਰ ਖਾਲੀ ਹੋ ਕੇ ਆਉਂਦੇ ਨੇ ਫਿਰ ਹੋਰ ਬੋਕਸ ਲੈ ਜਾਵਾਂਗੇ ਇਹਦੇ ਲਈ ਮਸਜਿਦ ਦੇ ਵਿੱਚ ਨਾ ਇਹ ਵਾਲੇ ਬੋਕਸ ਦੇ ਆਉਂਦੇ ਨੇ ਬੋਰੀ ਬਾਕੀ ਇਹ ਫਰੂਟ ਵਾਲੇ ਬੋਕਸ ਨੇਗੇ ਇਸ ਡੱਬੇ ਦੇ ਵਿੱਚ ਪੈਕ ਕਰਕੇ ਲੈ ਚੱਲਣਾ ਮੈਂ ਹੀ ਮਸਜਿਦ ਦੇ ਚੱਬੂ ਜਾਣ ਉਹਨਾਂ ਪਿੱਛੇ ਹੀ ਬਾਕੀ ਚਾਵਲ ਜੇ ਮਹੱਲੇ ਵਾਲਿਆਂ ਨੂੰ ਤਕਸੀਮ ਕਰ ਦਿੰਦੇ ਹਾਂ ਬੋਕਸ ਜਿਹੜੇ ਨੇ ਨਾ ਫਰੂਟ ਵਾਲੇ ਮੈਂ ਲੈ ਕੇ ਚੱਲਣਾ ਹੈਗਾ ਮਸਜਿਦ ਦੇ ਅੱਬੂ ਜਾਣ ਇਸ ਮਸਜਿਦ ਦੇ ਕੇ ਜਾ ਰਹੇ ਨੇਗੇ ਡੱਬੇ 'ਤੇ ਬਾਕੀ ਅਗਲੀਆਂ ਮਸਜਿਦਾਂ 'ਚ ਇੱਧਰ ਜਾ ਰਹੇ ਨੇ ਕੋ ਸਾਹਮਣੇ ਮਸਜਿਦ ਹੈਗੀ ਲੇਕਿਨ ਮਸਜਿਦ ਦੇ ਅੱਬੂ ਜਾਣ ਪਹਿਲੇ ਡੱਬੇ ਦੇ ਆਏ ਨੇ ਉਹਨਾਂ ਨੂੰ ਤਕਰੀਬਨ 15 ਡੱਬੇ ਇੱਥੋਂ ਦੇ ਆਉਣੇ ਨੇਗੇ ਅਤੇ ਪਿੰਡ ਵਾਲੇ ਸਾਰੇ ਜਿਹੜੇ ਨਾ ਘਰੋਂ ਚਾਵਲ ਲੈ ਰਹੇ ਨੇਗੇ ਦੂਰੋਂ ਦੂਰੋਂ ਬੱਚੇ ਭੱਜ ਕੇ ਆ ਰਹੇ ਨੇ ਅਤੇ ਜ਼ਿਆਦਾਤਰ ਰੋਜ਼ੇਦਾਰ ਜਿਹੜੇ ਨਾ ਮਸਜਿਦ ਦੇ ਇਕੱਠੇ ਹੁੰਦੇ ਨੇ ਅਫਤਾਰੀ ਲਈ ਇਸੇ ਵਜ੍ਹਾ ਤੋਂ ਮਸਜਿਦ ਦੇ ਦੇ ਰਹੇ ਹਾਂ ਅਫਤਾਰੀ ਬਾਕੀ ਅੱਧੇ ਜਿਹੜੇ ਨਾ ਇਸ ਮਸਜਿਦ ਵਾਸਤੇ ਇੱਥੇ ਰੱਖ ਦਿੰਦੇ ਹਾਂ ਅਤੇ ਅੱਧੇ ਜਿਹੜੇ ਨਾ ਅਗਲੀ ਮਸਜਿਦ 'ਚ ਇਨਸ਼ਾਅੱਲਾ ਤਾਲਾ ਫਿਰ ਲੈ ਜਾਂਦੇ ਹਾਂ ਬਾਕੀ ਇਸ ਮਸਜਿਦ ਦੇ ਅਫਤਾਰੀ ਦੇ ਦਿੱਤਾ ਫਰੂਟ ਅਤੇ ਹੁਣ ਦੂਸਰੀਆਂ ਮਸਜਿਦਾਂ ਚੱਲਣੇ ਅੱਗੇ ਇਹ ਵਾਲੇ ਬੋਕਸ ਬੱਚੇ ਨੇ ਗਾਰੀ ਕੁਛ ਪਏ ਨੇ ਉਹ ਵੀ ਇਹਦੇ ਉੱਥੇ ਪਾ ਲਵਾਂਗੇ ਡਿੱਗਣ ਲੱਗਿਆ ਸੀ ਬਾਕੀ ਚਾਵਲ ਜੀ ਸਾਰਿਆਂ ਨੂੰ ਮਜ਼ਾ ਨੇ ਤਕਸੀਮ ਕਰਤੇ ਨੇ ਇੱਥੇ ਗਰ ਅਤੇ ਇਹ ਕੁਛ ਗਰ ਪਿਆ ਸੀਗੇ ਚਾਵਲਾਂ ਡੱਬੇ ਵੀ ਇਹਨਾਂ ਰੱਖ ਲੈਂਦੇ ਹਾਂ ਬਾਕੀ ਇਸ ਮਸਜਿਦ ਦੇ ਨਾ ਫਰੂਟ ਨਹੀਂ ਪਹਿਲੇ ਦੇ ਕੇ ਆਉਂਗੇ ਅਫਤਾਰੀ ਵਾਸਤੇ ਫਰੂਟ ਹੀ ਦੇ ਦਿੰਦੇ ਹਾਂ ਆਹ ਫਰੂਟ ਵੀ ਆ ਗਏ ਜੀ ਅਫਤਾਰੀ ਦਾ ਹੈਲੋ ਲਓ ਜੀ ਆ ਚੱਕ ਲਿਆ ਜੀ ਆਪਣੇ ਮਾਨੀ ਮਾਨੀ ਚੱਲਣੇ ਆਉਣ ਫਿਰ ਬਾਕੀ ਇਹਦਾ ਕੰਮ ਖਤਮ ਹੋ ਗਿਆ ਅਤੇ ਗਰ ਜੇ ਅਫਤਾਰੀ ਵਾਸਤੇ ਸਾਰਿਆਂ ਨੇ ਦਿੱਤਾ ਸੀਗਾ ਬਾਕੀ ਸਾਰਿਆਂ ਨੇ ਆਪਣੇ ਆਪਣੇ ਹਿੱਸੇ ਦੇ ਵੰਡ ਲੈਣ ਡੱਬੇ ਕੁਛ ਰੇਹੜੀਆਂ 'ਤੇ ਜਾ ਰਹੀਆਂ ਸੀ ਆਂਟੀਆਂ ਉਹਨਾਂ ਨੂੰ ਡੱਬੇ ਦਿੱਤੇ ਮੈਂ ਕਿਹਾ ਖਾਓ ਚਾਵਲ ਤੁਸੀਂ ਅਫਤਾਰੀ ਕਰੋ ਫਾਈਨਲੀ ਜੇ ਸਾਰਿਆਂ ਨੂੰ ਅਸੀਂ ਚਾਵਲ ਫਰੂਟ ਜਿਹਾ ਤਕਸੀਮ ਕਰਕੇ ਆ ਗਏ ਮੈਂ ਰਸਤੇ 'ਚ ਅਫਤਾਰੀ ਕੀਤੀ ਹੈਗੀ ਜਦੋਂ ਮੈਂ ਆਖਰੀ ਮਸਜਿਦ ਦੇ ਦਿਨ ਜਾ ਰਿਹਾ ਸੀ ਨਾ ਉਦੋਂ ਅਫਤਾਰੀ ਹੋਈ ਹੈਗੀ ਅਤੇ ਬਾਕੀ ਹੁਣ ਤਾਂ ਚੱਲੇ ਹਾਂ ਮਸਜਿਦ 'ਤੇ ਚੱਲ ਕੇ ਨਮਾਜ਼ ਵੀ ਅਦਾ ਕਰ ਰਹੇ ਹਾਂਗੇ ਅਤੇ ਸਾਰੀਆਂ ਮਸਜਿਦਾਂ ਦੇ ਵਿੱਚ ਇੱਕ ਜਿਹੜੀ ਨਜ਼ਲੀ ਮਸਜਿਦ ਹੈਗੀ ਚਾਚੂ ਜਾ ਦੌਰਾਂ ਗਵਾਂਢ ਉਹਦੇ ਫਰੂਟ ਨਹੀਂ ਪਹੁੰਚ ਪਾਇਆ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਫਰੂਟ ਸਾਡੇ ਕੋਲ ਘੱਟ ਸੀਗਾ ਬਾਕੀ ਡੱਬੇ ਤਾਂ ਪੁਜਾਣ ਨੇ ਕਾਫੀ ਕੱਢੇ ਸੀਗੇ ਲੇਕਿਨ ਨਾ ਉਹਦੇ 'ਚ ਪੈਕ ਕਰਨ ਵਾਸਤੇ ਫਰੂਟ ਨਹੀਂ ਆ ਗਏ ਉਹਨਾਂ ਨੂੰ ਮੈਂ ਉਵੇਂ ਹੀ ਕਵਰ ਕਰਕੇ ਰੱਖਾਂਗਾ ਬਾਕੀ ਅੱਲਾ ਪਾਕ ਦਾ ਸ਼ੁਕਰ ਹੈ ਜਿਵੇਂ ਸੋਚਿਆ ਸੀ ਉਸੇ ਤਰ੍ਹਾਂ ਇਹਨਾਂ ਅਫਤਾਰੀ ਕਰਵਾਈਏ ਮਹੱਲੇ ਵਾਲਿਆਂ ਨੂੰ ਇੱਥੇ ਗਾਰੇ ਤਕਸੀਮ ਕਰਤੇ ਨੇ ਅਤੇ ਬਾਕੀ ਮਸਜਿਦਾਂ ਨੇਗੇ ਉਹਨਾਂ ਰੋਜ਼ੇਦਾਰਾਂ ਨੂੰ ਜਾ ਕੇ ਨਾ ਫਰੂਟ ਨਾਲ ਜਿਹੜਾ ਨਾ ਆਪਣੇ ਚਾਵਲ ਜਿਹੜਾ ਪਹੁੰਚਾਏ ਨੇਗੇ ਬਾਕੀ ਨਮਾਜ਼ ਅਦਾ ਕਰਕੇ ਵਾਪਸ ਮੈਂ ਘਰ ਆ ਗਿਆ ਗਿਆ ਅਤੇ ਖਾਲਾ ਜਾਣ ਵੀ ਮਾਸ਼ਾਅੱਲਾ ਤੱਕ ਹੀ ਬੈਠੇ ਨੇਗੇ ਘਰੇ ਬਾਕੀ ਉਦੋਂ ਨਾ ਇੱਕ ਹੋਰ ਚੀਜ਼ ਦਾ ਮੈਨੂੰ ਥੋੜ੍ਹਾ ਦੁੱਖ ਲੱਗ ਰਿਹਾ ਹੈਗਾ ਕਿ ਅੱਜ ਨਾ ਮੈਂ ਸੋਚਿਆ ਸੀਗਾ ਕਿ ਥੋੜ੍ਹਾ ਟਾਈਮ ਹੀ ਮੇਰੇ ਕੋਲ ਘੱਟ ਆ ਗਿਆ ਕਿ ਅੰਕਲ ਲਾਈ ਨੇ ਨਾ ਦੇਖਾਂ ਥੋੜ੍ਹੀਆਂ ਲੇਟ ਬਣਾਈਆਂ ਨੇ ਅਗਰ ਟਾਈਮੋ ਟਾਈਮ ਬਣ ਜਾਂਦੀਆਂ ਨਾ ਹਾਲਾਂਕਿ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਟਾਈਮੋ ਟਾਈਮ ਹੀ ਬਣ ਜਾਵਣ ਲੇਕਿਨ ਕਾਫੀ ਟਾਈਮ ਲੱਗ ਗਿਆ ਫਿਰ ਦੇਗਾਂ ਬਣਾਉਂਦਿਆਂ ਬਣਾਉਂਦਿਆਂ ਹੀ ਇੱਕ ਤਾਂ ਅਸੀਂ ਜਲਦੀ ਜਲਦੀ 'ਚ ਬੋਕਸਾਂ 'ਚ ਪੈਕ ਕੀਤੇ ਨੇਗੇ ਕਿ ਟਾਈਮ ਸਾਡੇ ਕੋਲ ਕੰਮ ਆ ਗਿਆ ਤਕਰੀਬਨ ਅਫਤਾਰੀ 'ਚੋਂ 28 ਮਿੰਟ ਪਏ ਸੀਗੇ ਜਦੋਂ ਅੰਕਲ ਨੇ ਦੇਗ ਨੂੰ ਦਮ ਦਿੱਤਾ ਗਿਆ ਜਿਹੜੀ ਬਿਰਿਆਨੀ ਦੇਗ ਸੀਗੀ ਤਾਂ ਉਹਦਾ ਦਮ ਖੁੱਲਿਆ ਜਦੋਂ 15 ਮਿੰਟ ਪਿਆ ਸੀ ਫਿਰ ਪੈਕਿੰਗ ਕੀਤੀ ਹੈਗੀ ਜਲਦੀ ਜਲਦੀ 'ਚ ਅਸੀਂ ਲੱਗੇ ਰਹਾਂਗੇ ਅਤੇ ਉਸ ਸਾਰੇ ਕੰਮਾਂ ਕਰਦਿਆਂ ਦੇ ਵਿੱਚ ਨਾ ਜਾਮਿਸ਼ਰੀ ਵਾਲਾ ਪਾਣੀ ਬਣਾਉਣਾ ਸੀ ਉਹ ਬਣਾਉਣੇ ਮੈਂ ਭੁੱਲ ਗਿਆ ਬਾਹਰ ਟੱਪ ਬਣਾ ਕੇ ਰੱਖਣਾ ਸੀਗਾ ਅਤੇ ਬਾਹਰ ਸਾਰਿਆਂ ਨੇ ਜਿਹੜਾ ਅਫਤਾਰੀ ਕਰਵਾਉਣੀ ਹੈਗੀ ਮਾਸ਼ਾਅੱਲਾ ਅਫਤਾਰੀ ਤੋਂ ਬਾਹਰ ਬੈਠ ਕੇ ਸਾਰਿਆਂ ਨੇ ਕੀਤੀ ਹੈਗੀ ਲੇਕਿਨ ਜਾਮਿਸ਼ਰੀ ਵਾਲਾ ਨਾਲ ਪਾਣੀ ਨਹੀਂ ਸੀਗਾ ਸਾਦਾ ਪਾਣੀ ਉਹਨਾਂ ਨੂੰ ਦਿੱਤਾ ਹੈਗਾ ਇੱਥੇ ਘਰ 'ਚ ਅਫਤਾਰੀ ਕਰਵਾਈ ਮਾਸ਼ਾਅੱਲਾ ਮਸਜਿਦਾਂ 'ਚ ਅਫਤਾਰੀ ਹੋ ਗਈ ਹੈਗੀ ਅਤੇ
ਇਹ ਵੀ ਮੇਰੇ ਬਹੁਤ ਪਿਆਰੀ ਆਂਟੀ ਨੇ ਗੀ, ਉਹਨਾਂ ਦੀ ਵਜ੍ਹਾ ਤੋਂ ਹੀ ਹੋ ਪਾਇਆ ਹੈਗਾ। ਉਹਨਾਂ ਨੇ ਮੇਰੇ ਲਈ ਕੁਛ ਰਕਮ ਭੇਜੀ ਸੀ ਕਿ ਹਸਨ ਬੇਟਾ ਤੂੰ ਦੋ ਦੇਗਾ ਜੇ ਇਹਨਾਂ ਕਰਵਾ ਕੇ ਅਤੇ ਅਫਤਾਰੀ ਕਰਵਾਉਣੀ ਹੈਗੀ। ਲੇਕਿਨ ਮੈਂ ਆਪਣੇ ਕੋਲ ਜਿਤਨਾ ਹੋ ਸਕਿਆ ਹੈਗਾ ਵਿੱਚ ਫਰੂਟ ਵਗੈਰਾ ਲੈ ਕੇ ਅਤੇ ਆਪਣੇ ਕੋਲ ਜਿਤਨੀ ਤੋਫੀਕ ਹੋ ਸਕੀ ਮੈਂ ਕੀਤੀ ਹੈਗੀ। ਅਤੇ ਅੱਲਾਹ ਪਾਕ ਦਾ ਸ਼ੁਕਰ ਹੈਗਾ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਮਾਸ਼ਾਅੱਲਾ ਸਾਡੇ ਪਿੰਡ ਵਾਲੇ ਅੱਜ ਬਹੁਤ ਜ਼ਿਆਦਾ ਖੁਸ਼ ਹੋਏ ਸੀਗੇ। ਸਾਰੇ ਘਰਾਂ ਦੇ ਵਿੱਚ ਤਕਸੀਮ ਹੋਏ ਨੇਗੇ, ਇੱਥੋਂ ਬੋਕਸ ਜੇ ਚੱਕ ਕੇ ਅਬੂ ਜਾਨ ਲੈ ਗਏ ਨੇਗੇ, ਮਸਜਿਦਾਂ ਦੇ ਆਏ ਨੇਗੇ, ਜਿਹੜੇ ਮਹੱਲੇਦਾਰ ਸੀਗੇ ਉਹ ਸਾਰੇ ਆ ਕੇ ਇੱਥੋਂ ਘਰੋਂ ਲੈ ਗਏ ਨੇਗੇ, ਅਤੇ ਬਹੁਤ ਜ਼ਿਆਦਾ ਸਾਰੇ ਖੁਸ਼ ਹੋਏ ਨੇਗੇ ਮਾਸ਼ਾਅੱਲਾ। ਅਤੇ ਜਦੋਂ ਅਸੀਂ ਮਸਜਿਦਾਂ ਜਾ ਰਹੇ ਸੀ ਨਾ ਅਫਤਾਰੀ ਵਾਸਤੇ ਦੇਣ ਡੱਬੇ, ਅਤੇ ਰਸਤੇ ਦੇ ਵਿੱਚ ਅਗਰ ਕੋਈ ਰੋਜ਼ੇਦਾਰ ਜਾ ਰਿਹਾ ਹੁੰਦਾ ਸੀਗਾ ਜਾਂ ਕੋਈ ਭੈਣ ਭਾਈ ਗੁਜ਼ਰ ਰਿਹਾ ਹੁੰਦਾ ਸੀ ਰਸਤੇ 'ਚ, ਤਾਂ ਉਹਨਾਂ ਨੂੰ ਮੈਂ ਨਾਲ ਨਾਲ ਡੱਬੇ ਜਿਹੜੇ ਨਾ ਤਕਸੀਮ ਕਰਦਾ ਅੱਗੇ ਆ ਗਿਆ। ਬਾਕੀ ਇੱਕ ਮੇਰੇ ਕੋਲ ਮਿਸਟੇਕ ਹੀ ਹੋ ਗਈ ਕਿਉਂਕਿ ਅਫਤਾਰੀ ਦਾ ਟਾਈਮ ਆਇਆ ਖੜਾ ਸੀ, ਇੱਥੇ ਨਾ ਅਫਤਾਰੀ ਲਈ ਮੈਂ ਉਹ ਸਾਫ਼ ਵਿਛਾਰਨੀ ਸੀਗੀ, ਅਤੇ ਜਲਦੀ ਜਲਦੀ 'ਚ ਨਾ ਹਾਲਾ ਪੱਟਾ ਤਾਂ ਇਸ ਤਰ੍ਹਾਂ ਮੈਂ ਉਲਟਾ ਕਰਕੇ ਰੱਖ ਲਿਆ ਆਰਾਮ ਨਾਲ। ਲੇਕਿਨ ਜਦੋਂ ਇਹ ਪੱਟਾ ਮੈਂ ਰੱਖਣ ਲੱਗਿਆ ਨਾ ਇਹਦੀ ਇਹ ਵਾਲੀ ਨੁੱਕਰ ਜਿਹੜੀ ਟੁੱਟ ਗਈ ਜਲਦੀ ਜਲਦੀ 'ਚ, ਮੇਰੇ ਕੋਲ ਥੱਲੇ ਵੱਜਿਆ ਹੈਗਾ ਅਤੇ ਮੈਨੂੰ ਹੀ ਬੜਾ ਨਾ ਜ਼ਖਮ ਹੋ ਗਿਆ ਹੈਗਾ, ਲੱਤ 'ਤੇ ਵੱਜਿਆ ਇੱਧਰੋਂ, ਇਹ ਜਿਹੜੀ ਸਾਈਡ ਸੀ ਨਾ ਚੁੰਡੀ ਜੀ ਪੈ ਗਈ ਇਹ ਲੱਤ 'ਤੇ ਬੜਾ ਮੈਨੂੰ ਨਾ ਵੱਜਿਆ ਹੈਗਾ। ਲੇਕਿਨ ਕੋਈ ਨਹੀਂ, ਅੱਲਾਹ ਪਾਕ ਦਾ ਸ਼ੁਕਰ ਹੈਗਾ ਜ਼ਿਆਦਾ ਚੋਟ ਨਹੀਂ ਆਈ ਹੈਗੀ, ਬਸ ਚੁੰਡੀ ਜੀ ਪੈ ਗਈ ਹੈਗੀ। ਲੇਕਿਨ ਫਿਰ ਦਰਦ ਤਾਂ ਆਉਂਦੀ ਹੈ ਨਾ ਅਗਰ ਕੋਈ ਚੋਟ ਲੱਗ ਜਾਵੇ, ਅਤੇ ਕੋਈ ਨਹੀਂ ਜਿੰਨਾ ਮਾਸ਼ਾਅੱਲਾ ਪਿਆਰਾ ਕੰਮ ਹੋ ਗਿਆ ਨਾ ਮੈਨੂੰ ਇਤਨੀ ਜ਼ਿਆਦਾ ਖੁਸ਼ੀ ਹੁੰਦੀ ਹੈਗੀ, ਦਰਦ ਕੁਛ ਵੀ ਨਹੀਂ। ਯਕੀਨਨ ਮੇਰੀ ਖੁਆਇਸ਼ ਹੈਗੀ ਕਿ ਮੈਂ ਨਾ ਆਪਣੇ ਪਿੰਡ ਵਾਸਤੇ ਕੁਛ ਨਾ ਕੁਛ ਕਰਾਂ, ਡੇਲੀ ਇੱਥੇ ਨਾ ਡੇਲੀ 2-3 ਦੇਗਾ ਬਣਾ ਕੇ ਨਾ ਤਕਸੀਮ ਕੀਤੀਆਂ ਕਰਾਂ। ਲੇਕਿਨ ਇਨਸ਼ਾਅੱਲਾ ਤਾਲਾ ਪਾਕ ਕਿਤਨੀ ਤੋਫੀਕ ਦੇਵੇਗਾ ਕਿ ਆਪਣੇ ਕੋਲ ਇਤਨਾ ਹੋਵੇਗਾ ਕਿ ਆਪਾਂ ਡੇਲੀ ਜਿਹੜੀਆਂ 10-10 ਦੇਗਾ ਕਰਕੇ ਇਸ ਪਿੰਡ 'ਚ ਆਪਣੇ ਪਿੰਡ 'ਚ ਨਹੀਂ ਨਾਲ ਵਾਲੇ ਪਿੰਡਾਂ 'ਚ ਤਕਸੀਮ ਕੀਤੀਆਂ ਕਰਾਂਗੇ ਇਨਸ਼ਾਅੱਲਾ। ਵੈਸੇ ਕੋਈ ਘਰ ਦੀਆਂ ਟੈਨਸ਼ਨਾਂ ਨੇਗੀਆਂ, ਜਦੋਂ ਇਹ ਖਤਮ ਹੋ ਗਈਆਂ ਨਾ ਤਾਂ ਇਨਸ਼ਾਅੱਲਾ ਤਾਲਾ ਅਸੀਂ ਦੇਖੋਗੇ ਕਿ ਅਸਨ ਕੀ ਕੁਛ ਕਰੇਗਾ ਇਨਸ਼ਾਅੱਲਾ। ਕਿਉਂਕਿ ਜਿਹੜੇ ਇਨਸਾਨ ਦੇ ਦਿਲ ਸਾਫ਼ ਹੋਏ ਨਾ ਅਤੇ ਨੀਅਤ ਨੇਕ ਹੋਵੇ, ਅੱਲਾਹ ਪਾਕ ਵੀ ਉਹਨੂੰ ਕਾਮਯਾਬੀ ਦਿੰਦਾ ਹੈਗਾ। ਬਸ ਅੱਲਾਹ ਪਾਕ ਦੀ ਤਰਫੋਂ ਕੋਈ ਅਜ਼ਮਾਇਸ਼ ਹੀ ਹੈਗੀ, ਜਦੋਂ ਖਤਮ ਹੋ ਜਾਣੀ ਇਨਸ਼ਾਅੱਲਾ ਤਾਲਾ ਅਸੀਂ ਦੇਖਿਆ ਜੇ ਹਸਨ ਨੇ ਕੀ ਕੁਛ ਕਰਨਾ ਉਸ ਤੋਂ ਬਾਅਦ। ਅਤੇ ਕੁਛ ਮੇਰੇ ਦੇਖਾਂ ਭੈਣ ਭਾਈ ਨੇਗੇ ਜਿਹੜੇ ਮਜ਼ਾਕ ਬਣਾਉਂਦੇ ਹੁੰਦੇ ਨੇਗੇ ਅਤੇ ਕਹਿੰਦੇ ਹੁੰਦੇ ਨੇ ਹਸਨ ਦੀ ਉਮਰ ਕਿੰਨੀ ਹੈਗੀ ਅਤੇ ਕਿਉਂ ਕਿਉਂ ਜੀ ਗੱਲਾਂ ਕਰਦਾ ਹੁੰਦਾ ਜਦੋਂ ਮੇਰਾ ਚੈਨਲ ਗਰੋ ਕਰ ਗਿਆ ਮੈਂ ਕੀ ਕੁਛ ਕਰ ਦੇਣਾ ਹੈਗਾ। ਲੇਕਿਨ ਇਨਸ਼ਾਅੱਲਾ ਤਾਲਾ ਵਕਤ ਦੱਸੇਗਾ ਜਦੋਂ ਨਾ ਮੈਂ ਕਾਮਯਾਬ ਹੋਵਾਂਗਾ ਨਾਲ ਲਾ ਕੇ। ਬੜੇ ਯੂਟਿਊਬਰ ਕਾਮਯਾਬ ਨੇਗੇ ਲੇਕਿਨ ਉਹਨਾਂ ਨੇ ਕੁਛ ਨਹੀਂ ਕੀਤਾ ਹੋਣਾ ਜਿਹੜਾ ਕੁਛ ਮੈਂ ਕਰਕੇ ਦਿਖਾਵਾਂਗਾ ਇਨਸ਼ਾਅੱਲਾ, ਕਿਉਂਕਿ ਮੈਂ ਖੁਦ ਲਈ ਨਹੀਂ ਕਮਾਉਣਾ ਹੈਗਾ, ਮੈਂ ਆਪਣੇ ਪਿੰਡ ਲਈ ਆਪਣਾ ਜਿਹਾ ਇਲਾਕਾ ਇਹਦੇ ਲਈ ਇਨਸ਼ਾਅੱਲਾ ਤਾਲਾ ਕਮਾਉਣਾ ਹੈਗਾ। ਆਪਣੀ ਫੈਮਿਲੀ ਨੂੰ ਸੈਟਲ ਕਰਕੇ ਇਨਸ਼ਾਅੱਲਾ ਤਾਲਾ ਉਸ ਤੋਂ ਬਾਅਦ ਆਪਣੇ ਇਲਾਕੇ ਲਈ ਸਭ ਕੁਛ ਕਰਨਾ ਹੈ ਇਨਸ਼ਾਅੱਲਾ। ਅਤੇ ਮੈਨੂੰ ਜੀ ਅੱਜ ਇਤਨੀ ਜ਼ਿਆਦਾ ਖੁਸ਼ੀ ਹੈਗੀ ਕਿ ਹਾਲਾਂਕਿ ਸਾਰਾ ਦਿਨ ਮੈਂ ਰੋਜ਼ਾ ਸੀਗਾ, ਰੋਜ਼ਾ ਰਸਤੇ 'ਚ ਮੈਂ ਅਫਤਾਰ ਕੀਤਾ ਹੈਗਾ, 2 ਖਜੂਰਾਂ ਹੀ ਖਾਈਆਂ ਨੇ, ਉਸ ਤੋਂ ਬਾਅਦ ਕੋਈ ਚੀਜ਼ ਖਾਣ ਨੂੰ ਦਿਲ ਹੀ ਨਹੀਂ ਕਰ ਰਿਹਾ ਕਿ ਮਾਸ਼ਾਅੱਲਾ ਇਤਨੇ ਪਿਆਰਾ ਅਸੀਂ ਜਿਹੜਾ ਨਿਜ਼ਾਮ ਬਣਾਇਆ ਹੈਗਾ ਅਫਤਾਰੀ ਦਾ, ਸਾਰੀਆਂ ਮਸਜਿਦਾਂ ਅਫਤਾਰੀ ਵਾਸਤੇ ਚੀਜ਼ਾਂ ਦੇ ਆ, ਨਾਲ ਘਰ 'ਚ ਹੀ ਇੱਕ ਤਰ੍ਹਾਂ ਅਫਤਾਰੀ ਹੋ ਗਈ, ਮਹੱਲੇਦਾਰਾਂ ਨੂੰ ਅਫਤਾਰੀ ਵਾਸਤੇ ਘਰੋਂ ਹੀ ਇੱਥੋਂ ਜਿਹੜਾ ਨਾ ਚਾਵਲ ਵਗੈਰਾ ਤਕਸੀਮ ਕਰਦੇ ਨੇਗੇ, ਇੱਕ ਤਰ੍ਹਾਂ ਦਾ ਪੂਰਾ ਪਿੰਡ ਜਿਹੜਾ ਹੈਗਾ ਉਹਦੇ ਚਾਵਲ ਤਕਸੀਮ ਹੋ ਗਏ ਨੇਗੇ। 2 ਦੇਗਾ ਅੱਲਾਹ ਪਾਕ ਨੇ ਇਤਨੀ ਬਰਕਤ ਪਾਈ ਹੈ, 3 ਮਸਜਿਦਾਂ 'ਚ ਚਾਵਲ ਚਲੇ ਗਏ, ਫਿਰ ਉਵੇਂ ਹੀ ਦੇਗਾ ਬਰੀਆਂ ਦੀ ਬਰੀਆਂ ਹੀ ਲੱਗ ਰਹੀਆਂ ਸੀ ਜਿਹੜੀਆਂ ਮਹੱਲੇ ਦੇ ਵਿੱਚ ਤਕਸੀਮ ਕਰਤੀਆਂ ਨੇ ਅੱਗੇ। ਵੈਸੇ ਮੇਰੇ ਕਾਫੀ ਭੈਣ ਭਾਈ ਸੋਚਦੇ ਹੋਣਗੇ ਕਿ ਯੂਟਿਊਬਰ ਜਿਹੜੇ ਇਹਨਾਂ ਨੇ ਜ਼ਿੰਦਗੀ ਸਕੂਨ ਦੀ ਫੋਨ ਚਾ ਕੇ ਲੱਗੇ ਵੱਤੇ ਵੀਡੀਓ ਬਣਾਈ ਅਤੇ ਅਪਲੋਡ ਕਰਤੀ, ਲੇਕਿਨ ਯੂਟਿਊਬਰਾਂ ਦੀ ਜਿਤਨੀ ਮੁਸ਼ਕਲ ਜ਼ਿੰਦਗੀ ਨਾ ਇਤਨੀ ਯਕੀਨ ਕਰ ਜੋ ਮਜ਼ਦੂਰ ਜਿਹੜੀ ਨਾ ਮਿਹਨਤ ਨਹੀਂ ਕਰਦੇ ਹੋਣੇ ਨੇ, ਉਹ ਤੁਹਾਨੂੰ ਮੋਹਰੇ ਦਿਖਾਉਂਦਾ ਬੁਝਾ ਲਓ ਦੇਖੋ ਨਾਲੀ ਦੇ ਉੱਤੇ ਨੀ ਤਾਂ ਮੱਛਰ ਹੀ ਹੈਗਾ, ਤੰਗ ਹੀ ਕਰ ਰਿਹਾ ਮੱਛਰ ਜੀ। ਮੈਂ ਸਰਹੱਦ ਤੇ ਖੋਤਾ ਜਿਹੜਾ ਹਿਫਾਜ਼ਤ ਕਰ ਰਿਹਾ ਮੁਲਕ ਦੀ, ਯਾਨੀ ਕਿ ਤੁਹਾਡੀ ਹਿਫਾਜ਼ਤ ਵਾਸਤੇ ਹੋ ਰਹੀ ਆ ਆਪਣੀ।
ਇੱਥੇ ਸਿਗਨਲ ਬਹੁਤ ਅੰਦਰ ਘੱਟ ਹੈਗੇ ਸੀ ਤੇ ਇੱਥੇ ਆ ਗਿਆ ਤਾਂ ਮੱਛਰ ਬਹੁਤ ਜ਼ਿਆਦਾ ਹਾਂ ਦੇਖੋ ਮੱਛਰ ਇੱਥੇ ਬਹੁਤ 20 ਮਿੰਟ 25 ਮਿੰਟ ਦੱਸਦੇ ਪਏ ਤੇ ਅੰਦਰ ਤਾਂ 3 ਘੰਟੇ ਸੀ ਹੁਣ 25 ਮਿੰਟ ਦੱਸ ਰਹੇ ਨੇ ਜੀ 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 ਇੱਥੇ 25 ਮਿੰਟ ਦੱਸ ਰਹੇ ਨੇ ਥੋੜਾ ਜਿਹਾ ਟਾਈਮ ਦੱਸ ਰਹੇ ਉੱਥੇ ਅੰਦਰ 4 ਘੰਟੇ ਸੀ ਮੈਂ ਹਾਂ ਮੱਛਰ ਦੇਖੋ ਕਿੰਨਾ ਵੱਡਾ ਵੱਡਾ ਫਿਰਦਾ ਮੱਖੀਆਂ ਮੱਖੀਆਂ ਜਿੱਦਾਂ ਤਾਂ ਲੜੀ ਵੀ ਜਾਂਦੀ ਜੀ 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 ਲੇਕਿਨ ਕੋਈ ਨਹੀਂ ਹੋਈ ਖੜੀ ਬਸ ਅਪਲੋਡ ਅੱਧੀ ਨਹੀਂ ਸਪੀਡ ਲੱਗੀ ਅੱਧੀ ਨਹੀਂ ਹੋਈ ਤੀਸਰਾ ਹਿੱਸਾ ਹੋਈ ਤੀਸਰਾ ਹਿੱਸਾ ਹੋਈ ਹਾਂ ਪੁਜਾਨ ਦੇ ਪੁਜਾਨ ਮੱਛਰ ਕਿੰਨਾ ਵੱਡਾ ਹੈਗਾ ਚਲੋ ਕੋਈ ਨਾ ਹੋ ਜਾਂਦੀ ਹੈ ਮੈਂ ਵੀ ਹਾਲੇ ਅਲਰਟ ਹੋਣਾ ਮੈਂ ਦੁਪਹਿਰ ਵਾਲੀ ਨੀ ਵੀਡੀਓ ਕੀਤੀ ਇਸੇ ਜਗ੍ਹਾ ਤੇ ਖੜਾ ਹੋਵਾਂਗਾ ਬੁਜਾਰ ਕਹਿ ਰਿਹਾ ਸਿਗਨਲ ਇੱਥੇ ਠੀਕ ਆ ਰਹੇ ਨੇ ਅੱਗੇ ਅੰਦਰ ਇਹਨਾਂ ਸ਼ੋਪ ਤੇ ਬੈਠੇ ਹੋ ਜਾਂਦੀ ਸੀ ਵੀਡੀਓ ਅਪਲੋਡ ਲੇਕਿਨ ਅੱਜ ਇੱਥੇ ਖਲੋਕ ਕਰਨੀ ਪੈ ਰਹੀ ਹੈ ਇੱਥੇ ਚੋਣਾਂ ਬਿਹਤਰ ਸਿਗਨਲ ਆ ਰਹੇ ਨੇਗੇ ਅਤੇ ਇਹ ਆਪਣੇ ਟੇਬਲ ਨੇਗੇ ਵੀ ਸਾਰੇ ਨਾਮ ਇੱਥੇ ਪਹੁੰਚ ਕੇ ਰੱਖ ਤਿਆ ਜਿਵੇਂ ਤਾਂ ਦਿਖਾ ਰਹੇ ਪਰਲੇ ਦਾ ਥੋੜ੍ਹਾ ਨੁਕਸਾਨ ਟੇਬਲ ਤਾਂ ਹੋ ਗਿਆ ਅੱਬੂ ਜਾਨ ਮੇਰੇ ਕੋਲ ਟੇਬਲ ਥੋੜ੍ਹਾ ਟੁੱਟ ਗਿਆ ਨਹੀਂ ਬਣਵਾਉਣ ਦੀ ਨਹੀਂ ਹੈਗੀ ਇਹ ਸੈੱਟ ਹੋ ਜਾਵੇਗਾ ਇਹ ਨੁੱਕਾ ਰਹਿੰਦੀ ਨੇ ਸਾਰੀ ਜਿਹੜੀ ਮੈਨੂੰ ਅਸਲ 'ਤੇ ਲੱਤ 'ਤੇ ਬੜਾ ਵਜਿਆ ਹੈਗਾ ਲੱਤ 'ਤੇ ਸ਼ੁਕਰ ਹੈਗਾ ਕੋਈ ਚੋਟ ਨਹੀਂ ਜ਼ਿਆਦਾ ਆਈ ਹੈਗੀ ਇਹ ਬਚ ਗਿਆ ਚਲੋ ਕੋਈ ਨਾ ਜਲਦੀ ਸੀ ਨਾ ਉਦੋਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਲੇਕਿਨ ਉਹ ਜਿਹੜੀ ਜਾਮੇ ਸ਼੍ਰੀ ਦੀ ਬੋਤਲ ਬਚੀ ਹੈ ਨਾ ਉਹਦੇ ਇਨਸ਼ਾਅੱਲਾ ਤਾਲਾ ਸੁਬਹਾ ਰੋਜ਼ੇਦਾਰਾਂ ਲਈ ਲਿਆ ਸੀ ਕਿ ਰੋਜ਼ੇਦਾਰਾਂ ਨੇ ਇਨਸ਼ਾਅੱਲਾ ਤਾਲਾ ਸੁਬਹਾ ਉਹਦਾ ਪਾਣੀ ਜਿਹਾ ਬਣਾ ਕੇ ਮਸਜਿਦਾਂ ਦੇ ਵਿੱਚ ਪਿਲਾਵਾਂਗੇ ਯਕੀਨ ਮੇਰਾ ਦਿਲ ਬੜਾ ਕਰ ਰਿਹਾ ਹੈਗਾ ਕਿ ਅੱਲਾ ਪਾਕ ਮੈਨੂੰ ਇਤਨੀ ਤੋਫੀਕ ਦੇਵੇ ਕਿ ਸੁਬਹਾ ਫਿਰ ਮੈਂ ਇਸੇ ਤਰ੍ਹਾਂ ਹੀ ਸਾਰੀਆਂ ਜਿਵੇਂ ਚੀਜ਼ਾਂ ਅੱਜ ਮਸਜਿਦਾਂ 'ਚ ਦੇ ਆਇਆ ਨਾ ਰੋਜ਼ੇਦਾਰਾਂ ਨੂੰ ਸੁਬਹਾ ਫਿਰ ਐਵੇਂ ਪਹੁੰਚਾਵਾਂ ਲੇਕਿਨ ਇਨਸ਼ਾਅੱਲਾ ਤਾਲਾ ਕੋਈ ਇਹ ਵੀ ਵਕਤ ਆਵੇਗਾ ਕਿ ਡੇਲੀ ਹੀ ਮੈਂ ਘਰ ਦੇ ਵਿੱਚ 2-3 ਦੇਗਾਂ ਕੀਤੀਆਂ ਕਰਾਂਗਾ ਆਪਣੇ ਮਹੱਲੇਦਾਰਾਂ ਨੂੰ ਰਿਸ਼ਤੇਦਾਰਾਂ ਨੂੰ ਬੁਲਾਇਆ ਕਰਾਂਗਾ ਸਾਰਿਆਂ ਤਕਸੀਮ ਕੀਤੀਆਂ ਕਰਾਂਗਾ ਇਨਸ਼ਾਅੱਲਾ ਅਤੇ ਇੱਥੇ ਨਾ ਮੱਛਰ ਇਤਨਾ ਜ਼ਿਆਦਾ ਸੀਗਾ ਮਜਬੂਰਨ ਸਾਨੂੰ ਨਾ ਇੱਥੇ ਮੈਟ ਲਾਉਣਾ ਪਿਆ ਮੈਟ ਲਾ ਕੇ ਬੈਠੇ ਆ ਗਏ ਸ਼ੁਕਰ ਕਰੋ ਇਤਨਾ ਪਿਆ ਸੀਗਾ ਰਾਤ ਨੂੰ ਹੁਣ ਮੈਨੂੰ ਮੱਛਰ ਨੇ ਉੱਡ ਗਿਆ ਮੈਟ ਤਾਂ ਹੋਰ ਲਾ ਲਾ ਜੀ ਜੀ ਪਰੇਸ਼ਾਨੀ ਬਣੀ 8 ਵਜੇ ਦਾ ਟਾਈਮ ਦਿੱਤਾ ਸੀ ਵੀਰਾਂ ਨੂੰ ਜੀ ਤੇ 8 ਵਜੇ ਉਹ ਤਾਂ ਵਾਕਈ ਵਾਦਾ ਖਿਲਾਫੀ ਹੋ ਜਾਣੀ ਹੈ 8 ਮਿੰਟ ਹੋ ਗਏ ਤਾਂ ਮੈਨੂੰ ਇਤਨੀ ਤਕਲੀਫ ਹੋਈ ਖੜੀਆਂ ਜਿੱਦਾਂ ਹਾਲੇ ਤੱਕ ਪੂਰਾ ਉਡੀਕ ਰਹੇ ਹੋਣਗੇ ਵੀਵਰ ਜਿਹੜੇ ਨੇ 9 ਵਜੇ ਅਪਲੋਡ ਹੋਵੇਗੀ ਅਸਲ ਬੜੀ ਪਰੇਸ਼ਾਨੀ ਲੱਗੀ ਤੇ ਮੇਰੀ ਵੀਡੀਓ ਕਦੋਂ ਅਪਲੋਡ ਹੋਵੇਗੀ ਸਰ ਮੈਨੂੰ ਤਾਂ ਉਮੀਦ 2 ਵਜੇ ਅਪਲੋਡ ਹੋਵੇਗੀ ਹਾਲੇ ਪਤਾ ਨਹੀਂ ਸੁਬਹ ਹੀ ਆਵੇਗੀ ਦੇਖਾਂਗੇ ਅੱਲਾ ਪਾਕ ਕਰਮ ਕਰੇਗਾ ਅਸਲ ਤੇ ਨਾ ਵੀਡੀਓ ਅਪਲੋਡ ਜਦੋਂ ਸਿਗਨਲ ਨਾ ਹੁਣ ਉਦੋਂ ਬੜਾ ਮਸਲਾ ਬਣਦਾ ਹੁੰਦਾ ਯੂਟਿਊਬਰਾਂ ਨੂੰ ਤੇ ਉਦੋਂ ਮੈਂ ਐਡਵਾਂਸ ਪਹਿਲਾਂ ਹੀ ਦੱਸ ਦੇਵਾਂ ਕਿ ਸੁਬਹਾ ਨਾ ਅੰਕਲ ਮਿਸਤਰੀ ਨਹੀਂ ਆਵਣਗੇ ਪਰਸੋਂ ਉਹਨਾਂ ਨੇ ਆਉਣਾ ਹੈਗਾ ਕਿਧਰੇ ਕੰਮ ਉਹਨਾਂ ਨੇ ਕਰਨਾ ਸੀ ਸਾਡੇ ਕੋਲ ਨਹੀਂ ਜ਼ਿਆਦਾ ਪਹਿਲੇ ਲਈ ਹੈਗੀ ਕਿਉਂਕਿ ਸਾਡਾ ਇਹ ਵਾਲਾ ਜਿਹਾ ਕੰਮ ਇਤਨਾ ਜ਼ਿਆਦਾ ਜ਼ਰੂਰੀ ਨਹੀਂ ਸੀਗਾ ਜਿਹੜਾ ਫਰਸ਼ ਦਾ ਸੀ ਉਹ ਮਾਸ਼ਾਅੱਲਾ ਕੰਪਲੀਟ ਹੋ ਗਿਆ ਥੱਲੋਂ ਅਤੇ ਇਹ ਹਾਲੇ ਤੱਕ ਸਾਡੇ ਕੋਲ ਇਤਨੀ ਗੁੰਜਾਇਸ਼ ਨਹੀਂ ਹੈਗੀ ਕਿ ਅਸੀਂ ਇਹਨੂੰ ਨਾ ਮੁਕੰਮਲ ਤਮੀਰ ਕਰਾ ਪਾਈਏ ਜਿਹੜੀ ਕੋਈ ਇੱਟਾਂ ਵਗੈਰਾ ਪਈਆਂ ਨੇ ਇੱਕ ਦਿਹਾੜੀ ਲੱਗਣੀ ਲਵਾ ਕੇ ਇਹ ਨਾ ਤਮੀਰ ਇਹਨੂੰ ਕਰਵਾ ਲਵਾਂਗੇ ਸੀਮੈਂਟ ਵੀ ਜਿਹੜਾ ਮੈਨੂੰ ਲੱਗਦਾ ਖਤਮ ਹੋ ਗਿਆ ਹੋਇਆ ਸੀਮੈਂਟ ਹੀ ਹੁਣ ਲੈਣਾ ਪੈਣਾ ਉਹਨਾਂ ਅੰਕਲ ਹੋਰਾਂ ਪਹਿਲੇ ਪੈਸੇ ਦੇਣੇ ਨੇਗੇ ਉਹ ਕਾਲ ਕਰਦੇ ਹੁੰਦੇ ਨੇ ਡੇਲੀ ਮੈਨੂੰ ਕਿ ਬੇਟਾ ਉਹ ਪਹਿਲੇ ਵਾਲੇ ਤਾਂ ਅਦਾ ਕਰੋ ਅੱਬੂ ਜਾਣ ਕਹਿੰਦੇ ਉਹਨਾਂ ਕੋਲ ਉਧਾਰਾ ਚੱਕ ਲਵਾਂਗੇ ਲੇਕਿਨ ਕੋਈ ਨਹੀਂ ਹੁੰਦਾ ਕੋਈ ਨਾ ਕੋਈ ਨਾ ਸੁਬਹਾ ਹੱਲ ਕਰਨੇ ਆਗੇ ਸ਼ੋਪ ਦੇ ਪੈਸੇ ਚਲੋ ਨਾ ਚੱਕ ਕੇ ਇੱਕ ਬੋਰੀ ਤਾਂ ਲਿਆਵਾਂਗੇ ਜਿਹਨਾਂ ਤਮੀਰ ਕਰਾ ਲਵਾਂਗੇ ਇਹ ਜਿਹੜੀ ਉੱਤੇ ਇੱਟਾਂ ਲੱਗਣੀਆਂ ਨੇ ਚਲੋ ਆ ਦੀਵਾਰ ਥੋੜ੍ਹੀ ਉੱਚੀ ਹੋ ਜਾਵੇ ਜੀ ਅਤੇ ਮੇਰਾ ਦਿਲ ਇਹ ਸੀਗਾ ਜਿਵੇਂ ਉਹਨਾਂ ਇੱਥੇ ਫੱਟੇ ਪੈਣ ਮੈਨੂੰ ਰੱਖਣੇ ਤਾਂ ਅੱਜ ਅੰਦਰ ਪੈਣੇ ਨੇ ਨਾ ਇਹ ਫੱਟੇ ਜਿਹੜੇ ਨੇਗੇ ਇੱਥੇ ਹੀ ਕਵਰ ਰਹਿਣੇ ਸੀਗੇ ਅਗਰ ਇੱਥੇ ਨਾ ਜਿਵੇਂ ਗੇਟ ਵਗੈਰਾ ਲੱਗ ਗਿਆ ਅਤੇ ਆ ਦੀਵਾਰਾਂ ਉੱਚੀਆਂ ਹੋ ਗਈਆਂ ਇੱਥੇ ਜਿਵੇਂ ਫੱਟੇ ਡੇਲੀ ਕੁੰਝ ਕੇ ਰੱਖਤੇ ਡੇਲੀ ਦਰਵਾਜ਼ਾ ਖੋਲ੍ਹਿਆ ਉੱਥੇ ਬਾਹਰ ਸੈਟਅਪ ਕਰਕੇ ਉਵੇਂ ਲਾ ਲਿਆ ਇੱਕ ਤਰ੍ਹਾਂ ਦਾ ਉਹ ਕਵਰ ਮਿਲ ਜਾਣਾ ਅਤੇ ਪਰ ਉਹ ਦੀਵਾਰ ਉੱਚੀ ਹੋ ਜਾਣੀ ਹੈ ਚੋਰੀ ਚਕਾਰੀ ਤਾਂ ਕੋਈ ਖਤਰਾ ਨਹੀਂ ਹੋਣਾ ਸਾਰੀ ਚੀਜ਼ਾਂ ਉਵੇਂ ਦੀ ਉਵੇਂ ਰਖੀ ਕੇ ਕਰਨੀ ਹੈ ਇਨਸ਼ਾਅੱਲਾ ਅਮੀਆਂ ਦੇਖਿਆ ਜੇ ਅੱਲਾ ਪਾਕ ਆਪਣੀ ਨੇਕ ਜਿਹੜੀ ਨੀਤਾਂ ਨੇ ਉਹਨਾਂ ਨੂੰ ਫਲ ਲਾਵੇਗਾ
ਜੀ 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 ਸਮਾਨ ਬਾਹਰ ਲਾ ਲਿਆ ਇੱਥੇ ਪਿੱਛੇ ਵੀ ਉਵੇਂ ਸਮਾਨ ਸਾਰਾ ਨਜ਼ਰ ਆਇਆ ਕਰੇਗਾ ਬਾਹਰ ਗੁਜ਼ਰਨ ਵਾਲਿਆਂ ਨੂੰ ਤੇ ਫਿਰ ਉਹ ਸ਼ਾਮ ਟਾਈਮ ਬੰਦ ਕਰਤਾ ਉਹ ਤਾਂ ਅੱਬੂ ਜਾਨ ਕਹਿੰਦੇ ਉਹਨੇ ਛੱਤ ਆਪਾਂ ਉਹ ਪੱਟ ਲੈਣੀ ਅਗਰ ਉਹਦੀ ਛੱਤ ਉੱਧਰ ਬਣ ਗਈ ਨਾ ਤੇ ਫਿਰ ਉਹ ਵਾਲੀ ਜਿਹੜੀ ਛੱਤ ਹੈਗੀ ਕਹਿੰਦੇ ਨੇ ਪੱਟ ਕੇ ਇੱਧਰ ਕਰ ਲਵਾਂਗੇ ਲੇਕਿਨ ਇਨਸ਼ਾ ਅੱਲਾਹ ਤਾਲਾ ਦੇਖ ਰਹੇ ਹਾਂ ਇਸ ਕੰਮ ਨੂੰ ਅਸੀਂ ਨਾ ਤਕਰੀਬਨ ਹੁਣ ਤੂੰ 3-4 ਮਹੀਨਿਆਂ ਬਾਅਦ ਸ਼ੁਰੂ ਕਰਨਾ ਸੀਗਾ ਲੇਕਿਨ ਅੱਬੂ ਜਾਨ ਨੇ ਪਹਿਲੇ ਸ਼ੁਰੂ ਕਰਾ ਲਿਆ ਹੈਗਾ ਮੈਂ ਕਹਿੰਦਾ ਚਲੋ ਇਹਨੂੰ ਕਿਸੇ ਨਾ ਕਿਸੇ ਹਾਲਾਤ ਵਿੱਚ ਨਾ ਪਾਜ ਤਕਮੀਲ ਤੱਕ ਪਹੁੰਚਾਉਣਾ ਕਿ ਇਹਨੂੰ ਮੁਕੰਮਲ ਕਰਾਉਣਾ ਲੇਕਿਨ ਇਨਸ਼ਾ ਅੱਲਾਹ ਤਾਲਾ ਅਸੀਂ ਦੇਖਿਆ ਜੇ ਇਹ ਬਹੁਤ ਪਿਆਰਾ ਲੱਗੇਗਾ ਕੁਛ ਮੇਰੇ ਭੈਣ ਭਾਈ ਮੈਨੂੰ ਨਾ ਮੈਸੇਜ ਕਰਕੇ ਕਹਿੰਦੇ ਹੁੰਦੇ ਨੇ ਇੱਕ ਮੇਰੀ ਬਹੁਤ ਪਿਆਰੀ ਆਂਟੀ ਨੇ ਡੇਲੀ ਮੇਰੇ ਵਲੌਗ ਦੇਖਦੀਆਂ ਹੁੰਦੀਆਂ ਨੇ ਅਤੇ ਉਹ ਵੀ ਕਹਿ ਰਹੇ ਜਸ਼ਨ ਬੇਟਾ ਤੁਸੀਂ ਘਰ ਦਾ ਹੈ ਨਾ ਨਕਸ਼ਾ ਹੀ ਖਰਾਬ ਕਰਤਾ ਹੋਇਆ ਹੈਗਾ ਅਤੇ ਲੇਕਿਨ ਮੈਂ ਆਂਟੀ ਵਾਲਾ ਨਿਕਾਉਣਾ ਚਾਹਾਂਗਾ ਆਂਟੀ ਜੀ ਮੈਂ ਤੁਸੀਂ ਦੇਖਿਆ ਜੇ ਮੈਂ ਆਪਣੇ ਜ਼ਿਹਨੇ ਸੋਚਿਆ ਸੀ ਇਹ ਨਕਸ਼ਾ ਆਪਣੇ ਘਰ ਦਾ ਕਿਸ ਤਰ੍ਹਾਂ ਬਣਾਵਾਂਗੇ ਕਿਉਂਕਿ ਨਾ ਕਾਫੀ ਮੇਰੇ ਭੈਣ ਭਾਈ ਕਮੈਂਟ ਕਰਦੇ ਹੁੰਦੇ ਸੀ ਅਸਲ ਤੁਸੀਂ ਘਰ ਦੇ ਅੱਗੇ ਇਤਨੀ ਜਗ੍ਹਾ ਛੱਡਤੀ ਫਿਰ ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਇਹ ਕਿਸ ਤਰ੍ਹਾਂ ਜਗ੍ਹਾ ਕਵਰ ਕੀਤੀ ਜਾਵੇ ਅਤੇ ਬੜੇ ਨਾ VIP ਤਰੀਕੇ ਨਾਲ ਅਸੀਂ ਦੇਖੇ ਅੱਛੇ ਤਰੀਕੇ ਨਾਲ ਨਾ ਅਸੀਂ ਸਾਰੀ ਜਗ੍ਹਾ ਕਵਰ ਕਰ ਲੈਣੀ ਇਹ ਸ਼ੋਪ ਬਣ ਜਾਵੇਗੀ ਇਸ ਸਾਈਡ 'ਤੇ ਅੱਗੂ ਘਰ ਦਾ ਅਗਲੀ ਫਰੰਟ ਸਾਈਡ ਆ ਜਾਵੇਗੀ ਹਾਂ ਸ਼ੋਪ ਹੀ ਹੋਣੀ ਵੈਸੇ ਫਰੰਟ ਸਾਈਡ ਆ ਜਾਵੇਗੀ ਨਾ ਫਰੰਟ ਸਾਈਡ ਆ ਜਾਵੇਗੀ ਉਹ ਪਿੱਛੇ ਘਰ ਸੇਵ ਹੋ ਜਾਵੇਗਾ ਇਹ ਸ਼ੋਪ ਟਾਈਪ ਹੀ ਬਣ ਜਾਣਾ ਅਤੇ ਫਰੰਟ ਸਾਈਡ ਹੀ ਘਰ ਦੇ ਅੱਗੋਂ ਆ ਜਾਣੀ ਹੈਗੀ ਬਹੁਤ ਖੂਬਸੂਰਤ ਜ਼ਿਆਦਾ ਚੱਲ ਗਿਆ ਫਿਰ ਇੱਥੇ ਨਾ ਅਲਮਾਰੀਆਂ ਬਣਵਾ ਲਵਾਂਗੇ ਜਿਸ ਤਰ੍ਹਾਂ ਅੰਦਰ ਸ਼ੈਲ ਬਣਵਾਉਣੇ ਇਹਨਾਂ ਇਹਨਾਂ ਦੀਵਾਰਾਂ ਦੇ ਨਾਲ ਅਤੇ ਗਾਹਕ ਆਏ ਬੈਠ ਕੇ ਥਾਣਾ ਦੇ ਹਿਸਾਬ ਨਾਲ ਜਿਹੜੀ ਕੋਈ ਆਪਣੇ ਘਰ ਦਾ ਕੋਈ ਕਾਰੋਬਾਰ ਦਾ ਸੋਚਿਆ ਵੀ ਇਨਸ਼ਾਅੱਲਾ ਸੈਟਲ ਹੋ ਜਾਵੇ ਜਿਹੜੀ ਕੋਈ ਆਪਣੀਆਂ ਦਿਲੇ ਨੇਕ ਨੀਤਾਂ ਖੁਆਇਸ਼ਾਂ ਨੇਗੀਆਂ ਇਨਸ਼ਾਅੱਲਾ ਤਾਲਾ ਉਹ ਵੀ ਸਾਰੀਆਂ ਪੂਰੀਆਂ ਹੋ ਜਾਣਗੀਆਂ ਅਤੇ ਉਧਰੋਂ ਅੰਕਲ ਨਾਈ ਜਿਹੜੇ ਚਲੇ ਗਏ ਸੀਗੇ ਦੇਗਾਂ ਉਹਨਾਂ ਨੇ ਸੁਬਾਹ ਹੀ ਲੈ ਜਾਣੀਆਂ ਨੇਗੀਆਂ ਅਤੇ ਇੱਥੇ ਲੱਕੜਾਂ ਵਗੈਰਾ ਪਈਆਂ ਚੱਕ ਕੇ ਰੱਖ ਲੈਂਦੇ ਹਾਂ ਕਿ ਲੱਕੜਾਂ ਕਾਫੀ ਬਚ ਗਈਆਂ ਨੇਗੀਆਂ ਅਤੇ ਇਸ ਜਗ੍ਹਾ ਸਾਫ਼ ਸਫਾਈ ਕਰਤੀ ਬਾਕੀ ਅੰਕਲ ਔਰ ਆ ਕੇ ਨਾ ਸੁਬਾਹ ਦੇਗਾਂ ਵੀ ਜਿਹੜੀਆਂ ਚੱਕ ਲੈ ਜਾਵਣਗੇ ਤੋ ਲੱਕੜਾਂ ਦੀ ਮੈਂ ਕਿ ਗੱਲ ਕਰ ਰਿਹਾ ਸੀਗਾ ਕਾਫੀ ਸਾਰੀਆਂ ਲੱਕੜਾਂ ਬਚ ਗਈਆਂ ਐਵੇਂ ਲੱਗ ਰਿਹਾ ਜਿਵੇਂ ਜਿਤਨੀਆਂ ਲੈ ਕੇ ਆਇਆ ਸੀ ਉਤਨੀਆਂ ਲੱਕੜਾਂ ਨੇਗੀਆਂ ਕਿਉਂਕਿ ਉਹ ਦੂਸਰਾ ਬਣਾਉਂਦੇ ਨੇ ਨਾ ਖੱਟ ਕੇ ਥੱਲੇ ਜ਼ਮੀਨ ਹੈ ਚੁੱਲ੍ਹਾ ਉਹਦੇ 'ਤੇ ਜ਼ਿਆਦਾ ਲੱਕੜਾਂ ਜਿਹੜੀਆਂ ਜਲਦੀਆਂ ਨੇਗੀਆਂ ਇਸ ਤਰ੍ਹਾਂ ਘੱਟ ਲੱਕੜਾਂ ਲੱਗੀਆਂ ਨੇਗੀਆਂ ਅਤੇ ਇਤਨੀਆਂ ਲੱਕੜਾਂ ਬਚ ਗਈਆਂ ਨੇ ਮਾਣ ਮੈਂ ਘਰ ਵਾਸਤੇ ਲੈ ਆਇਆ ਸੀਗਾ ਬਾਕੀ ਦੇਗਾਂ ਲੱਕੜਾਂ 'ਚ ਇਹਨਾਂ ਕਾਫੀ ਜੇ ਲੱਕੜਾਂ ਬਚ ਗਈਆਂ ਨੇਗੀਆਂ ਅਤੇ ਉਦੋਂ ਮੇਰੇ ਤਮਾਮ ਭੈਣ ਭਾਈਆਂ ਨੇ ਦੁਆ ਕਰਨੀ ਹੈਗੀ ਕਿ ਜਿਨ੍ਹਾਂ ਨੇ ਇਤਨਾ ਕੁਛ ਅਫਤਾਰੀ ਲਈ ਕੀਤਾ ਹੈਗਾ ਉਹਨਾਂ ਨੂੰ ਅੱਲਾਹ ਪਾਕ ਲੰਬੀ ਜ਼ਿੰਦਗੀ ਦੇਵੇ ਅਤੇ ਅੱਲਾਹ ਪਾਕ ਉਹਨਾਂ ਨੂੰ ਹਮੇਸ਼ਾ ਖੁਸ਼ ਆਬਾਦ ਹੱਸਦਾ ਮੁਸਕਰਾਉਂਦਾ ਰੱਖੇ ਕਿਉਂਕਿ ਮੇਰੀ ਬਹੁਤ ਪਿਆਰੀ ਆਂਟੀ ਨੇ ਅਤੇ ਫਸਟ ਟਾਈਮ ਉਹਨਾਂ ਨੇ ਮੇਰੇ 'ਤੇ ਜ਼ਿੰਮੇਵਾਰੀ ਦਿੱਤੀ ਸੀਗੀ ਕਿ ਅਸਨ ਤੂੰ ਨਾ ਦੇਗਾਂ ਬਣਵਾ ਕੇ ਅਫਤਾਰੀ ਕਰਵਾਉਣੀ ਹੈਗੀ ਆਪਣੇ ਮਹੱਲੇ ਦੇ ਵਿੱਚ ਤਕਸੀਮ ਕਰਨੀਆਂ ਨੇਗੀਆਂ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਯਕੀਨਨ ਮੇਰੇ ਕੋਲ ਖੁਦ ਕੋ ਇਸ ਯਕੀਨਨ ਰਮਜ਼ਾਨ ਦੇ ਵਿੱਚ ਗੁੰਜਾਇਸ਼ ਨਹੀਂ ਸੀਗੀ ਲੇਕਿਨ ਜਿਤਨੀ ਕਿ ਮੇਰਾ ਗੁੰਜਾਇਸ਼ ਸੀ ਮੈਂ ਵੀ ਵੇਚਣਾ ਹਿੱਸਾ ਪਾਇਆ ਹੈਗਾ ਅਤੇ ਕੁਛ ਉਹਨਾਂ ਆਂਟੀ ਹੋਰਾਂ ਨੇ ਹਿੱਸਾ ਪਾਇਆ ਮਿਲ ਜੁਲ ਕੇ ਸਮਝ ਲਓ ਕਿ ਇੰਨੀ ਖੂਬਸੂਰਤ ਅਫਤਾਰੀ ਕਰਵਾਈ ਹੈਗੀ ਮਾਸ਼ਾਅੱਲਾ ਅਤੇ ਇਨਸ਼ਾ ਅੱਲਾਹ ਤਾਲਾ ਅਗਲੇ ਰਮਜ਼ਾਨ ਦੇ ਵਿੱਚ ਮੇਰੇ ਕੋਲ ਇਤਨੀ ਗੁੰਜਾਇਸ਼ ਹੋਏਗੀ ਇਨਸ਼ਾ ਅੱਲਾਹ ਤਾਲਾ ਕਿ ਮੈਂ ਖੁਦ ਵੀ ਨਾ ਆਪਣੇ ਕੋਲੋਂ ਇੱਕ ਨਹੀਂ
ਤਿੰਨ ਚਾਰ ਦਿਨ ਲਗਾਤਾਰ ਇਨਸ਼ਾਅੱਲਾ ਤਾਲਾ ਇਫਤਾਰੀ ਕਰਵਾਵਾਂਗਾ, ਕਿਉਂਕਿ ਉਦੋਂ ਤੱਕ ਸਾਰੇ ਅੱਬੂ ਜਾਨ ਦੇ ਲਵਣ ਦੇਵਣ ਹੀ ਖਤਮ ਹੋ ਜਾਣੇ ਨੇ, ਘਰ ਵਗੈਰਾ ਵੀ ਮੁਕੰਮਲ ਹੋ ਜਾਵੇਗਾ, ਅਤੇ ਉਦੋਂ ਤੱਕ ਇਨਸ਼ਾਅੱਲਾ ਤਾਲਾ ਛੋਟੀ ਮੋਟੀ ਗੱਡੀ ਵਗੈਰਾ ਵੀ ਅਸੀਂ ਲੈ ਲਵਾਂਗੇ, ਸਕੂਨ ਹੋਵੇਗਾ ਫੈਮਿਲੀ 'ਚ, ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਨਸ਼ਾਅੱਲਾ। ਬਾਕੀ ਫਟੇ ਬਾਹਰ ਪਏ ਸੀ ਉਹ ਵੀ ਚੱਕ ਕੇ ਇੱਥੇ ਅੰਦਰ ਰੱਖ ਦਿਓ, ਹੁਣ ਮੈਂ ਵੀਡੀਓ ਪਬਲਿਕ ਕਰਨ ਲੱਗ ਗਿਆ ਹੈਗਾ, ਅੱਬੂ ਅਤੇ ਅੰਮੀ ਨੇ ਦੋਨਾਂ ਨੇ ਨਾ ਚੱਕ ਕੇ ਇੱਥੇ ਅੰਦਰ ਰੱਖੇ ਨੇਗੇ, ਅਸੀਂ ਤਾਂ ਡੇਲੀ ਇੱਥੇ ਅੰਦਰ ਰੱਖ ਲਏ ਕਰਾਂਗੇ, ਜਦੋਂ ਤੱਕ ਅੱਗੇ ਫਿਰ ਉਹ ਗੇਟ ਵਗੈਰਾ ਨਹੀਂ ਨਾ ਲੱਗਦਾ, ਉਦੋਂ ਤੱਕ ਇਸੇ ਤਰ੍ਹਾਂ ਰੂਟੀਨ ਰੱਖਾਂਗੇ, ਫਿਰ ਉਹ ਬਾਹਰ ਜਦੋਂ ਗੇਟ ਲੱਗ ਜਾਵੇਗਾ ਨਾ, ਉਹ ਸੇਮ ਇਸ ਤਰ੍ਹਾਂ ਦੇ ਏਰੀਆ ਬਣ ਜਾਣਾ ਜਿਸ ਤਰ੍ਹਾਂ ਹੈ ਨਾ, ਇਸੇ ਤਰ੍ਹਾਂ ਕੁਛ ਮੇਰੇ ਭੈਣ ਭਾਈ ਕਹਿੰਦੇ ਸੀ ਅਸਾਂ ਤੁਸੀਂ ਇੱਥੇ ਜਾਣਾ ਸਾਰਾ ਸਮਾਨ ਰੱਖ ਲਓ, ਜਿਹੜਾ ਨਾ ਇੱਥੇ ਪਿੱਛੇ ਪਰਦਾ ਵਗੈਰਾ ਲਾ ਕੇ ਕਰ ਲਓ, ਪਿੱਛੋਂ ਨਾ ਪ੍ਰਾਈਵੇਸੀ ਬਣਾ ਲਓ, ਇਹ ਪ੍ਰਾਈਵੇਸੀ ਹੋਈ ਕਰੇਗੀ, ਜਾਂ ਅੱਗੇ ਬਣੇਗਾ ਨਾ ਇਸੇ ਤਰ੍ਹਾਂ ਦਾ ਏਰੀਆ, ਉਹਦੇ ਵਿੱਚ ਫੱਟੇ ਜਾਣਾ ਪੱਕੇ ਪੱਕੇ ਰੱਖ ਲਵਾਂਗੇ, ਅਤੇ ਇਸੇ ਤਰ੍ਹਾਂ ਸੇਫ ਰਿਹਾ ਕਰੇਗਾ, ਉੱਥੇ ਕੋਈ ਟੈਨਸ਼ਨ ਨਹੀਂ ਹੋਈ ਕਰੇਗੀ, ਚਾਰ ਉੱਤੇ ਸਮਾਨ ਹੀ ਰਾਤ ਨੂੰ ਉੱਥੇ ਰੱਖ ਤਾ ਕਰੀਏ, ਕੋਈ ਮਸਲਾ ਨਹੀਂ ਹੋਇਆ ਕਰੇਗਾ, ਇਨਸ਼ਾਅੱਲਾ ਤਾਲਾ ਬਹੁਤ ਪਿਆਰਾ ਨਾ ਮਾਹੌਲ ਬਣਾਵਾਂਗੇ ਉੱਥੇ ਅੱਗੇ, ਉਹ ਤੁਹਾਡੇ ਨਾਲ ਨਾਲ ਵਲਾਗਾਂ ਸ਼ੇਅਰ ਕਰਦੇ ਹੀ ਰਹਿਣਾ ਹੈਗਾ, ਅਤੇ ਉਦੋਂ ਦੁਕਾਨ ਦਾ ਵੀ ਕੋਈ ਸਮਾਨ ਖਤਮ ਹੋਇਆ, ਇਨਸ਼ਾਅੱਲਾ ਤਾਲਾ ਨਾ ਸੁਬਾਹ ਲਾਜ਼ਮੀ ਲੈ ਆਵਾਂਗੇ, ਕੀ ਪਤਾ ਸੁਬਾਹ ਸਾਡਾ ਸ਼ਹਿਰ ਵੀ ਚੱਕਰ ਲੱਗ ਜਾਵੇ, ਜਾਣਾ ਪਵੇ ਕਿਹੜੇ ਸ਼ਹਿਰ ਜਾਣਾ ਸੁਬਾਹ ਇੱਦਾਂ ਦੱਸਾਂਗੇ, ਕਿਉਂਕਿ ਸੂਟ ਤੁਹਾਨੂੰ ਪਤਾ ਖਤਮ ਹੋਇਆ, ਸੂਟ ਵੀ ਲੈ ਆਉਣੇ ਨੇ ਨਾ, ਅਤੇ ਬੋਤਲਾਂ ਵਗੈਰਾ ਵੀ ਖਤਮ ਹੋਈਆਂ, ਸੇਲ ਦੇ ਪੈਸੇ ਉਵੇਂ ਹੀ ਪਏ ਨੇਗੇ, ਬੋਤਲਾਂ ਵੀ ਲੈ ਨਹੀਂ ਆ ਰਹਾ ਹਾਲਤ 'ਚ, ਹੋਰ ਵੀ ਦੋ ਤਿੰਨ ਜੇ ਆਈਟਮਾਂ ਨੇ ਨਾ ਇੱਧਰੋਂ ਕਰਿਆਨੇ ਦੀ ਖਤਮ ਹੋਈਆਂ, ਉਹ ਇਨਸ਼ਾਅੱਲਾ ਤਾਲਾ ਸੁਬਾਹ ਹੀ ਲੈ ਆਵਾਂਗੇ, ਅੱਜ ਤਾਂ ਥੱਕ ਹੀ ਬਹੁਤ ਜ਼ਿਆਦਾ ਗਿਆ, ਮੈਂ ਤਾਂ ਸਮਝਣ ਲੱਗਿਆ ਆ ਗਿਆ, ਪਹਿਲੇ ਵਾਲਾ ਵਲਾਗ ਹੀ ਹੁਣ ਹੀ ਅਪਲੋਡ ਕਰਕੇ ਹਟਿਆ, ਇਹ ਵਾਲਾ ਵਲਾਗ ਹੀ ਰਾਤੋਂ ਰਾਤ ਹੀ ਇਨਸ਼ਾਅੱਲਾ ਤਾਲਾ ਅਪਲੋਡ ਕਰਾਂਗੇ, ਆਪਣੇ ਭੈਣ ਭਾਈਆਂ ਤੱਕ ਪਹੁੰਚਾਵਾਂਗਾ। ਵੈਸੇ ਨਾ ਮੈਨੂੰ ਇਹਨਾਂ ਚਾਵਲਾਂ 'ਤੇ ਇਤਨੀ ਉਮੀਦ ਨਹੀਂ ਸੀਗੀ ਕਿ ਇੰਨੇ ਅੱਛੇ ਬਣਨਗੇ, ਲੇਕਿਨ ਮਾਸ਼ਾਅੱਲਾ ਜਿਤਨਾ ਇਹਨਾਂ ਜ਼ਾਇਕਾ ਹੈ ਨਾ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਜ਼ਿਆਦਾ ਤਾਂ ਨਹੀਂ ਖਾਏ, ਸਿਰਫ 2 ਚਮਚ ਖਾਏ ਨੇਗੇ, ਕਿਉਂਕਿ ਬਚੇ ਹੀ ਗਾਰੇ ਚਾਵਲ ਨਹੀਂ ਸੀਗੇ, ਸਾਰੇ ਹੀ ਅਸੀਂ ਤਕਸੀਮ ਕਰਤੇ ਸੀਗੇ, ਅਤੇ ਮੈਨੂੰ ਖੁਸ਼ੀ ਇਤਨੀ ਜ਼ਿਆਦਾ ਸੀਗੇ, ਉਹੀ ਬਸ ਨਾ ਜਿਹੜੇ ਖਾਏ ਨੇ ਉਹਨਾਂ ਨਾਲ ਹੀ ਮਾਸ਼ਾਅੱਲਾ ਪੇਟ ਫੁੱਲ ਹੋ ਗਿਆ ਹੈਗਾ, ਦਿਲ ਹੀ ਨਹੀਂ ਕੀਤਾ ਖਾਣ ਨੂੰ, ਖੁਸ਼ੀ ਇਤਨੀ ਜ਼ਿਆਦਾ ਸੀ, ਜਾਣ ਜਿਵੇਂ ਕਿ ਦੱਸ ਰਿਹਾ ਸੀ ਨਾ, ਚਾਹੇ ਰੋਜ਼ਾ ਹੀ ਸੀ ਨਾ, ਅਫਤਾਰੀ 'ਚ ਮੈਂ 2 ਖਜੂਰਾਂ ਹੀ ਖਾਈਆਂ ਨੇਗੀਆਂ, ਉਸ ਤੋਂ ਬਾਅਦ 11 ਆ ਜਦੋਂ ਨਮਾਜ਼ ਪੜ੍ਹ ਕੇ ਫਿਰ ਜੇ ਇੰਨਾ ਚਾਵਲ ਥੋੜ੍ਹੇ ਜਿਹੇ ਖਾਏ ਨੇਗੇ, ਅਤੇ ਯਕੀਨਨ ਇੰਝ ਲੱਗਿਆ ਹੈਗਾ ਜਿਵੇਂ ਮੈਂ ਸਾਰਾ ਦਿਨ ਦਾ ਇੰਨਾ ਰੱਜਿਆ ਹੋਇਆ ਆ ਗਿਆ, ਅਤੇ ਅੱਲਾਹ ਪਾਕ ਦਾ ਸ਼ੁਕਰ ਹੈ ਬਹੁਤ ਜ਼ਿਆਦਾ, ਯਕੀਨਨ ਅੱਜ ਮੈਂ ਖੁਸ਼ ਆ ਗਿਆ ਕਿ ਮਾਸ਼ਾਅੱਲਾ ਮੇਰਾ ਖੁਆਬ ਸੀਗਾ ਮੈਂ ਰਮਜ਼ਾਨ ਦੇ ਵਿੱਚ ਅਫਤਾਰੀ ਕਰਵਾਉਂਦੇ, ਅਤੇ ਸਾਡੀ ਲਾਈਫ ਦੀ ਪਹਿਲੀ ਘਰ ਦੇ ਵਿੱਚ ਫਸਟ ਜਿਹੜੀ ਨੇ ਇੰਨੀ ਵੱਡੀ ਅਫਤਾਰੀ ਹੈ, ਪਹਿਲੇ ਇੱਕ ਵਾਰੀ ਵੀ ਕਰਾਈ ਨਹੀਂ, ਛੋਟੀ ਮੋਟੀ ਅਫਤਾਰੀ ਨਹੀਂ ਕਰਾਈ ਹੈਗੀ, ਕਦੀ ਅੱਬੂ ਹੋਰਾਂ ਨੇ ਕਰਾਈ ਹੋਈ, ਲੇਕਿਨ ਮੇਰੇ ਪੈਦਾ ਹੋਣ ਤੋਂ ਬਾਅਦ ਅੱਬੂ ਜਾਨ ਔਰ ਕਿਤਨੀ ਗੁੰਜਾਇਸ਼ ਨਹੀਂ ਹੁੰਦੀ ਸੀਗੀ ਕਿ ਅਫਤਾਰੀ ਇੱਥੇ ਘਰ ਦੇ ਵਿੱਚ ਕਰਵਾਉਂਦੇ। ਵੈਸੇ ਅੱਬੂ ਜਾਨ ਅਫਤਾਰੀ ਲਈ ਸਮਾਨ ਵਗੈਰਾ ਜਿਹੜਾ ਹੈਗਾ ਉੱਥੋਂ ਦੁਕਾਨ ਤੋਂ ਲੈ ਕੇ ਦੇ ਦਿੰਦੇ ਹੁੰਦੇ ਸੀ ਮਸਜਿਦ ਦੇ ਵਿੱਚ, ਲੇਕਿਨ ਇਸ ਤਰ੍ਹਾਂ ਜਿਵੇਂ ਘਰ ਦੇ ਵਿੱਚ ਦੇਗਾਂ ਵਗੈਰਾ ਕਰਨ ਦਾ ਅੱਜ ਤੱਕ ਨਹੀਂ ਅਸੀਂ ਅਫਤਾਰੀ ਕਰਵਾਈ ਹੈਗੀ, ਵੈਸੇ ਮੰਡਦੇ ਧੋਂਦੇ ਹਾਂ ਦੇਗਾਂ ਅਸੀਂ ਵੇਖਦੇ ਹੀ ਹੁੰਦੇ ਵਲਾਗਾਂ 'ਚ, ਅਤੇ ਕੋਈ ਨਹੀਂ ਇਨਸ਼ਾਅੱਲਾ ਤਾਲਾ ਅਗਲੇ ਸਾਲ ਦੀ ਜਿਵੇਂ ਕਿ ਤੁਹਾਨੂੰ ਦੱਸ ਰਿਹਾ ਅੱਲਾ ਪਾਕ ਇਤਨੀ ਤੋਫੀਕ ਦੇਵੇਗਾ ਕਿ ਲਗਾਤਾਰ 3-4 ਦਿਨ ਅਫਤਾਰੀ ਕਰਾਵਾਂਗੇ, ਕੋਈ 10-1 ਦੇਗਾਂ ਤਾਂ ਕਰਾਂਗੇ ਨਾ ਇਨਸ਼ਾਅੱਲਾ ਤਾਲਾ, ਉਦੋਂ ਤੱਕ ਚੈਨਲ ਇਨਸ਼ਾਅੱਲਾ ਤਾਲਾ ਅਸੀਂ ਦੇਖਿਆ ਜੇ ਅੱਛੇ ਖਾਸੇ ਲੈਵਲ 'ਤੇ ਚਲੇ ਜਾਣਾ ਹੈਗਾ। ਠੀਕ ਹੈ, ਮੈਂ ਇਹੋ ਜਿਹਾ ਵਲਾਗ ਇੱਥੇ ਹੁੰਦਾ ਖਤਮ, ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ, ਅੱਗੇ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਓਕੇ, ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼। ਅੱਜ ਦਾ ਵਲਾਗ ਇਤਨਾ ਲੰਬਾ ਤਾਂ ਨਹੀਂ ਹੈ, ਫਿਰ ਵੀ ਮੈਂ ਖਤਮ ਕਰਨ ਲੱਗਿਆ, ਕਿਉਂਕਿ ਸੁਬਾਹ ਇਨਸ਼ਾਅੱਲਾ ਤਾਲਾ ਨਵਾਂ ਮਜ਼ੇਦਾਰ ਵਲਾਗ ਵੀ ਆਵੇਗਾ ਨਾ।